ਮਰਗ ਸ਼ਾਤ ਯੋਗ ਸੀ।
ਲਿਖਦਾ ਜਿਉਂ ਕਰ ਝੂਠ ਸਦੀਕ ਦਾ ਸੱਚ ਕੀਤਾ ਜਲ ਜਲਾਲ ਤੇ ਸੱਤ ਧੀਆਂ ਜਾਈਆਂ ਇੱਕ ਔਰਤ ਖਾਮਦ ਕਰੂੰ ਨਿਕਾਲ ਖਾਮਦ ਨੇ ਇਸ ਗੱਲੋਂ ਘਰੋਂ ਕੱਢ ਦਿੱਤਾ ਬਈ ਤੇਰੇ ਵੱਲ ਧੀਆਂ ਹੀ ਹੁੰਦੀਆਂ ਨੇ ਮੈਂ ਤੈਨੂੰ ਅੱਜ ਵੀ ਬੜੇ ਲੋਕ ਨੇ ਜਿਹੜੇ ਬੀਵੀਆਂ ਨੂੰ ਤਲਾਕਾਂ ਪੇ ਦਿੰਦੇ ਨੇ ਤੇਰੇ ਵੱਲ ਧੀਆਂ ਹੀ ਹੁੰਦੀਆਂ ਨੇ ਤੇ ਕੁਦਰਤ ਦੇ ਕੰਮ ਨੇ ਕੋਈ ਬੰਦੇ ਦੇ ਵਾਸ ਦੀ ਗੱਲ ਨਹੀਂ ਨਾ ਸੱਤ ਧੀਆਂ ਬੀਬੀਆਂ ਲੋਈਆਂ ਤੇ ਹਾਮਦ ਨੇ ਆਖਿਆ ਵਾ ਮੈਂ ਤੈਨੂੰ ਰਹਿਣ ਨਹੀਂ ਦੇਣਾ ਮੇਰਾ ਤੇਰਾ ਹੁਣ ਕੱਠ ਨਹੀਂ ਨਿਭ ਸਕਦਾ ਐ ਫਲਾਣੇ ਦਿਨ ਤੱਕ ਮੈਂ ਤੈਨੂੰ ਫਾਰਗ ਕਰ ਦੇਣਾ ਤੂੰ ਆਪਣੀ ਕੋਈ ਥਾਂ ਬਣਾ ਲਈ ਰਹਿਣੇ ਵਾਸਤੇ ਤੇ ਮੈਂ ਆਪਣੇ ਗਾਂ ਚ ਫਿਰ ਰਹਿਣਾ ਪਿਆ ਲਓ ਜਨਾਬ ਜਿਸ ਵੇਲੇ ਇੰਨੀ ਗੱਲ ਹੋਈ ਬੀਬੀ ਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਝੱਲੀ ਤੇ ਕਮਲੀ ਹੋ ਗਈ ਜਿਹਦਾ ਘਰ ਉੱਜੜਦਾ ਹੋਵੇ ਉਹਨੂੰ ਪਤਾ ਹੁੰਦਾ ਪੁੱਛਿਆ ਮੈਂ ਕਿੱਥੇ ਚੱਲਿਓ ਆਖਿਆ ਸੀ ਆਪਣੇ ਪੀਰ ਦੇ ਦਰਬਾਰ ਤੇ ਚੱਲਿਆ ਆਖਣ ਲੱਗੀ ਪੀਰ ਤੁਹਾਡਾ ਕੀ ਕੰਮ ਕਰਦਾ ਤੇ ਕੀ ਦਿੰਦਾ ਉਹਨਾਂ ਆਖਿਆ ਪਹਿਲੀ ਗੱਲ ਸਿੱਧੀ ਰਾਹ ਦੱਸਦੇ ਨੇ ਅੱਲਾ ਤੇ ਅੱਲਾ ਦੇ ਰਸੂਲ ਦੀ ਰਾਹ ਦੱਸਦੇ ਨੇ ਤੇ ਉਸ ਤੋਂ ਬਾਅਦ ਸਾਡੀਆਂ ਜਿਹੜੀਆਂ ਦੁਨਿਆਵੀ ਮੁਰਾਦਾਂ ਨੇ ਉਹ ਵੀ ਪੂਰੀਆਂ ਕਰਦੇ ਨੇ ਜਨਾਬ ਪੀਰਾਂ ਦੀ ਬਾਰਗਾਹ ਵਿੱਚ ਪਹੁੰਚੇ ਤੇ ਅਰਜ਼ ਕੀਤੀ ਤਾਂ ਸਰਕਾਰ ਨੇ ਆਖਿਆ ਜਾ ਬੀਬੀ ਤੇਰਾ ਕੰਮ ਹੋ ਗਿਆ ਤੈਨੂੰ ਹੁਣ ਹਾਮਦ ਘਰੋਂ ਨਹੀਂ ਕੱਢਣਾ ਉਹ ਜਨਾਬ ਜਿਸ ਵੇਲੇ ਘਰ ਆਈ ਉਹ ਦਿਨ ਦਿਹਾੜਾ ਆਇਆ ਤੇ ਹਾਮਦ ਨੇ ਆਖਿਆ ਲੈ ਬਾਈ ਜਿੰਨੀਆਂ ਧੀਆਂ ਤੈਨੂੰ ਚਾਹੀਦੀਆਂ ਨੇ ਤੂੰ ਵੱਖਰੀਆਂ ਕਰ ਲੈ ਤੇ ਬਾਕੀ ਮੇਰੇ ਵੱਲ ਛੱਡ ਦੇ ਜਿਹੜੀ ਜਿਹੜੀ ਤੂੰ ਲੈਣੀ ਉਹਨਾਂ ਨਾਂ ਬੁਲਾ ਕੇ ਵੱਖਰੀ ਕਰੀ ਜਾ ਉਹਨੇ ਚਾਹੂ ਦਾ ਨਾਂ ਲਿਆ ਜਾਂ ਤਰਾਂ ਦਾ ਲਿਆ ਉਹ ਵੱਖਰੀਆਂ ਹੋਈਆਂ ਤੇ ਉਹ ਪੁੱਤਰ ਬਣ ਗਈਆਂ ਤੇ ਬਾਕੀ ਜਿਹੜੀਆਂ ਸਾਨੂੰ ਧੀਆਂ ਰਹਿ ਗਈਆਂ ਤੇ ਖਾਮਦ ਨੇ ਆਖਿਆ ਹੁਣ ਮੈਂ ਤੈਨੂੰ ਘਰੋਂ ਕਾਹਦੇ ਵਾਸਤੇ ਕੱਢਣਾ ਤੇ ਉਹ ਫਿਰ ਆਪਣੀ ਚੰਗੀ ਜ਼ਿੰਦਗੀ ਗੁਜ਼ਾਰਨ ਲੱਗ ਪਿਆ ਤੇ ਉਹ ਸ਼ਾਇਰ ਨੇ ਲਿਖਿਆ ਇਹ ਸੱਤ ਮਾਤੀਆਂ